ਕੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਜ਼ਰੂਰੀ ਹੈ? ਮੱਥਾ ਟੇਕਣ ਦੀ ਪਰੰਪਰਾ ਤੇ ਵਹਿਮ, ਮੱਥਾ ਟੇਕਣ ਦੇ ਵੱਖ ਵੱਖ ਤੇ ਨਿੱਜੀ ਢੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਾਲ ਤੋਂ ਹੀ ਗੁਰਬਾਣੀ ਦਾ ਸਤਿਕਾਰ ਕਰਨ ਦੀ ਮਰਿਆਦਾ ਆਰੰਭ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਉਪਰੰਤ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਅਤੇ ਸਮੂਹ ਸਿੱਖਾਂ ਲਈ ਗੁਰਬਾਣੀ ਦਾ ਸਤਿਕਾਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਪਰੰਪਰਾ ਦਾ ਵਿਧਾਨ ਸਥਾਪਿਤ ਹੋ ਗਿਆ। ਗੁਰੂ ਸਾਹਿਬਾਨ ਨੇ ਜਿੱਥੇ ਨਿਰੰਕਾਰ ਨੂੰ ਚਿੰਤਨ ਤੇ ਰੱਬੀ ਮਹਿਮਾ ਲਈ ਗੁਰਬਾਣੀ ਕੀਰਤਨ ਦੀ ਵਿਲੱਖਣ ਰੀਤ ਨੂੰ ਦ੍ਰਿੜ ਕਰਾਇਆ, ਉੱਥੇ ਹੀ ਸਾਨੂੰ ਏਕ ਬਿਨਾ ਮਨ ਨਾਇਕ ਨ ਆਨੇ ਦਾ ਸੰਦੇਸ਼ ਦਿੱਤਾ। ਸਾਡੇ ਅੰਦਰ ਖਾਲਸਾ ਪੰਥ ਦੀ ਸੰਪੂਰਨਤਾ ਦੇ ਸਮੇਂ ਤੋਂ ਆਪਸੀ ਮਿਲਣੀ ਤੇ ਫਤਿਹ ਬੁਲਾਉਣੀ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਮੱਥਾ ਟੇਕਣਾ ਪ੍ਰਚਲਿਤ ਹੈ। ਅੱਜ ਕਈ ਪੜ੍ਹੇ ਲਿਖੇ ਨੌਜਵਾਨਾਂ ਅੰਦਰ ਸ਼ੰਕਾ ਉਪਜਦੀ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਸਭਿਅਕ ਕਰਮ ਹੈ? ਦੂਸਰਾ, ਇਹ ਵੀ ਵਹਿਮ ਜਾਂ ਭਰਮ ਹੈ ਕਿ ਧਾਰਮਿਕ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਬੁੱਤ ਪ੍ਰਸਤੀ ਹੈ? ਭਾਈ ਸਾਹਿਬ ਰਣਧੀਰ ਸਿੰਘ ਜੀ ਨਾਰੰਗਵਾਲ ਅੰਗਰੇਜ਼ ਡਾਕਟਰ ਨਾਲ ਮੱਥਾ ਟੇਕਣ ਬਾਰੇ ਚਰਚਾ ਕਰਨ ਸਮੇਂ ਇਹ ਮੰਨਦੇ ਹਨ ਕਿ ਜੋ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਣਾਂ ਤੋਂ ਅਣਜਾਣ ਹਨ, ਉਹ ਜਾਂ ਤਾਂ ਕੋਰੇ ਸਿੱਖ ਹਨ ਜਾਂ ਭੇਖੀ। ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਹੈ? ਪੰਨਾ 18। ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਗੁਰਬਾਣੀ ਦਾ ਸਤਿਕਾਰ ਕਰਨ ਦੀ ਪਰੰਪਰਾ ਮੱਥਾ ਟੇਕਣਾ ਹੈ। ਇਸ ਪਰੰਪਰਾ ਸੰਬੰਧੀ ਇੱਕ ਸੱਚੇ ਦ੍ਰਿਸ਼ਟਾਂਤ ਦਾ ਉਲੇਖ ਕਰਨਾ ਲਾਹੇਵੰਦ ਹੋਏਗਾ, ਜਿਸ ਤੋਂ ਵਧੇਰੇ ਸਪਸ਼ਟਤਾ ਹੋਏਗੀ। USA ਦੇ ਇੱਕ ਪਰਿਵਾਰ ਵੱਲੋਂ ਇੱਕ ਪੰਥਕ ਵਿਦਵਾਨ ਨੂੰ ਗੁੰਝਲਦਾਰ ਸਮੱਸਿਆ ਹੱਲ ਕਰਨ ਲਈ ਬੇਨਤੀ ਕੀਤੀ ਗਈ। ਕੁਝ ਪਰਿਵਾਰਾਂ ਦੇ ਕਿਸ਼ੋਰ ਗੱਭਰੂ ਮੁੰਡੇ ਗੁਰਦੁਆਰੇ ਜਾਂਦੇ ਸਨ, ਪਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਨੂੰ ਮੂਰਖਤਾ ਜਾਂ ਅਸਭਿਅਕ ਕਰਮ ਦੱਸਦੇ ਸਨ। ਹੋਰ ਪਰਿਵਾਰ ਵੀ ਚਿੰਤਤ ਸਨ ਕਿ ਕਿਤੇ ਉਹਨਾਂ ਦੇ ਬੱਚੇ ਵੀ ਦੇਖਾ ਦੇਖੀ ਮੱਥਾ ਟੇਕਣਾ ਨਾ ਛੱਡ ਦੇਣ। ਵਿਦਵਾਨ ਸੱਜਣ ਨੇ ਨੌਜਵਾਨਾਂ ਦੀ ਸਭਾ ਵਿੱਚ ਹਾਜ਼ਰ ਹੋ ਕੇ ਅਣਜਾਣਪੁਣਾ ਪ੍ਰਗਟਾਇਆ। ਉਹਨਾਂ ਨੇ ਨੌਜਵਾਨਾਂ ਨੂੰ ਕਿਹਾ, ਬੱਚਿਓ, ਮੈਂ ਤਾਂ ਅਮੈਰੀਕਨ ਲੋਕਾਂ ਦੀ ਮੂਰਖਤਾ ਦੇਖ ਹੈਰਾਨ ਹੁੰਦਾ ਹਾਂ। ਜਦ ਉਹ ਕਿਸੇ ਨੂੰ ਮਿਲਦੇ ਹਨ ਤੇ ਆਪਣਾ ਹੈਟ ਲਾਹ ਦਿੰਦੇ ਹਨ। ਅੰਕਲ ਜੀ, ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਇਹ ਗੋਰਿਆਂ ਦੀ ਸਤਿਕਾਰ ਕਰਨ ਦੀ ਪਰੰਪਰਾ ਹੈ, ਜਵਾਨ ਮੁੰਡਿਆਂ ਦਾ ਉੱਤਰ ਸੀ। ਉਸ ਤੋਂ ਅੱਗੇ ਗੱਲ ਤੋਰਦਿਆਂ ਵਿਦਵਾਨ ਨੇ ਕਿਹਾ, ਦੇਖੋ, ਅਮੈਰੀਕਨ ਪੜ੍ਹੇ ਲਿਖੇ ਹਨ, ਵਿਗਿਆਨਕ ਖੇਤਰ ਵਿੱਚ ਵੀ ਅੱਗੇ ਹਨ, ਫਿਰ ਵੀ ਖੇਡਾਂ ਓਲੰਪਿਕ ਦੌਰਾਨ ਆਪਣੇ ਝੰਡੇ ਨੂੰ ਸਲੂਟ ਦਿੰਦੇ ਹਨ, ਭਾਵ ਸਤਿਕਾਰ ਪ੍ਰਗਟ ਕਰਦੇ ਹਨ। ਬੱਚਿਆਂ ਨੇ ਆਪਣੇ ਪਹਿਲੇ ਦਿੱਤੇ ਹੋਏ ਉੱਤਰ ਨੂੰ ਦੁਹਰਾਇਆ ਤੇ ਕਿਹਾ ਕਿ ਝੰਡੇ ਨੂੰ ਸਲੂਟ ਦੇਣਾ ਜਾਂ ਮਾਰਨਾ ਇਹਨਾਂ ਦੀ ਪਰੰਪਰਾ ਹੈ। ਵਿਦਵਾਨ ਸੱਜਣ ਕੁਝ ਚਿਰ ਲਈ ਚੁੱਪ ਹੋ ਗਏ, ਜਿਸ ਤੇ ਨੌਜਵਾਨਾਂ ਨੇ ਸਮਝਿਆ ਕਿ ਸ਼ਾਇਦ ਉਹਨਾਂ ਨੇ ਸਤਿਕਾਰ ਪੱਖੋਂ ਕੋਈ ਕੁਤਾਹੀ ਕੀਤੀ ਹੈ। ਕੁਝ ਸਮੇਂ ਬਾਅਦ ਵਿਦਵਾਨ ਸਾਹਿਬ ਨੇ ਚੁੱਪ ਤੋੜੀ ਤੇ ਕਿਹਾ, ਪਿਆਰੇ ਬੱਚਿਓ, ਅੱਜ ਤੁਸੀਂ ਮੈਨੂੰ ਮਹਾਨ ਸਬਕ ਪੜ੍ਹਾ ਦਿੱਤਾ। ਜੋ ਸਬਕ ਮੇਰੀ ਮਾਂ ਨੂੰ ਪੜ੍ਹਾਉਣਾ ਚਾਹੀਦਾ ਸੀ ਉਹ ਤੁਸੀਂ ਪੜ੍ਹਾਇਆ। ਅੰਕਲ ਜੀ, ਕਿਹੜਾ ਸਬਕ? ਮੇਰੀ ਮਾਂ ਮੈਨੂੰ ਛੋਟੇ ਹੁੰਦਿਆਂ ਗੁਰਦੁਆਰੇ ਲੈ ਕੇ ਜਾਂਦੀ ਸੀ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਮੇਰਾ ਸਿਰ ਫੜ ਕੇ ਧੱਕੇ ਨਾਲ ਮੱਥਾ ਟਿਕਾਉਂਦੀ, ਪਰ ਉਸਨੇ ਕਦੀ ਵੀ ਨਹੀਂ ਸਮਝਾਇਆ ਕਿ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ ਗੁਰਬਾਣੀ ਦਾ ਸਤਿਕਾਰ ਕਰਨ ਦੀ ਸਿੱਖ ਪਰੰਪਰਾ ਹੈ। ਉਸ ਤੋਂ ਝੱਟ ਬਾਅਦ ਸਾਰੇ ਗੱਭਰੂ ਮੁੰਡੇ ਇੱਕੋ ਸੁਰ ਵਿੱਚ ਬੋਲੇ, ਤਾਂ ਅੰਕਲ ਜੀ, ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਚਾਹੀਦਾ ਹੈ।
ਜੇ ਅਸੀਂ ਗੋਰਿਆਂ ਦੀ ਰੀਸੇ ਪੱਗ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਚਾਹੀਏ ਤਾਂ ਇਹ ਸਾਡੀ ਸਭਿਅਤਾ ਅਨੁਸਾਰ ਗੁਰੂ ਦੀ ਨਰਾਦਰੀ ਹੋਏਗੀ। ਸਾਡੇ ਸੱਭਿਆਚਾਰ ਅੰਦਰ ਸਿਰ ਢੱਕ ਕੇ ਜਾਂ ਸਿਰ ਕੱਜ ਕੇ ਸਤਿਕਾਰ ਕਰਨ ਦੀ ਪਰੰਪਰਾ ਹੈ। ਵਿਸ਼ੇਸ਼ ਨੋਟ, ਜਦੋਂ ਕਦੀ ਵੀ ਕੋਈ ਗੈਰ ਸਿੱਖ ਗੁਰਦੁਆਰਾ ਸਾਹਿਬ ਜਾਣ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਲਈ ਨਹੀਂ ਆਖਣਾ ਚਾਹੀਦਾ। ਮੱਥਾ ਟੇਕਣ ਦੀ ਪਰੰਪਰਾ ਤੇ ਵਹਿਮ ਸੰਸਾਰ ਅੰਦਰ ਸੱਭਿਆਚਾਰ ਪੱਖੋਂ ਬੋਲੀ ਜਾਂ ਧਾਰਮਿਕ ਵਖਰੇਵੇਂ ਕਾਰਨ ਜਿਵੇਂ ਅਨੇਕਾਂ ਹੀ ਪਰੰਪਰਾਵਾਂ ਦੀ ਭਿੰਨਤਾ ਦੇਖਣ ਨੂੰ ਮਿਲਦੀ ਹੈ, ਉਸੇ ਤਰ੍ਹਾਂ ਮੱਥਾ ਟੇਕਣ ਦੇ ਢੰਗ ਜਾਂ ਸਤਿਕਾਰ ਕਰਨ ਦੇ ਢੰਗ ਵੀ ਵੱਖਰੇ ਵੱਖਰੇ ਹਨ। ਸਾਲ 1987 ਵਿੱਚ ਮੈਂ ਆਪਣੇ ਦੋ ਬੱਚਿਆਂ ਨੂੰ, ਵੱਡੀ ਬੱਚੀ 10 ਸਾਲ ਦੀ, ਭੁਚੰਗੀ 6 ਸਾਲ ਦਾ, ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਦਰਸ਼ਨਾਂ ਲਈ ਪਹੁੰਚਿਆ। ਪਰਿਕਰਮਾ ਅੰਦਰ ਦਾਖਲ ਹੁੰਦਿਆਂ ਹੀ ਮੇਰੀ ਬੱਚੀ ਨੇ ਲੋਕ ਬੇਰੀ ਨੂੰ ਮੱਥਾ ਟੇਕਦੇ ਤੱਕੇ ਤੇ ਝੱਟ ਸਵਾਲ ਕਰ ਦਿੱਤਾ, ਪਿਤਾ ਜੀ ਇਹ ਲੋਕ ਇੱਥੇ ਕਿਉਂ ਮੱਥਾ ਟੇਕਦੇ ਹਨ? ਮੈਂ ਕੁਝ ਚਿਰ ਲਈ ਨਿਰ ਉੱਤਰ ਹੋ ਗਿਆ ਤੇ ਕਿਹਾ, ਬੱਚੂ ਇਹ ਬੇਰੀ ਨਾਲ ਗੁਰੂ ਦੀ ਯਾਦ ਜੋੜ ਕੇ ਮੱਥਾ ਟੇਕਦੇ ਹਨ, ਪਰ ਆਪਾਂ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਾਂਗੇ। ਅਸੀਂ ਬੇਰੀਆਂ, ਟਾਹਲੀਆਂ ਅਤੇ ਫਲਾਈਆਂ ਨੂੰ ਸਹਿਬ ਪਦ ਨਾਲ ਜਿੱਥੇ ਸਤਿਕਾਰ ਕਰਦੇ ਹਾਂ, ਉੱਥੇ ਉਹਨਾਂ ਦੀ ਅੰਨੀ ਸ਼ਰਧਾ ਅਧੀਨ ਪੂਜਾ ਵੀ ਕਰਦੇ ਹਾਂ। ਅਸੀਂ ਇਤਨੇ ਅੰਧ ਵਿਸ਼ਵਾਸੀ ਹੋ ਗਏ ਹਾਂ ਕਿ ਪਿੱਛੇ ਜੇ ਵੈਨਕੂਵਰ ਦੇ ਨਗਰ ਕੀਰਤਨ ਵਿੱਚ ਚੁਸਤ ਪ੍ਰਬੰਧਕਾਂ ਨੇ ਮਾਇਆ ਬਟੋਰਨ ਖਾਤਰ ਲੋਕਾਂ ਪਾਸੋਂ ਨਕਲੀ ਸ਼ਸਤਰਾਂ ਨੂੰ ਮੱਥਾ ਟਿਕਾਇਆ। ਇਸ ਵਿਪਰਨ ਕੀ ਰੀਤ ਤੇ ਗੁਰੂ ਦੀ ਪ੍ਰਤੀਤ ਕਿਵੇਂ ਸੰਭਵ ਹੈ? ਜਿਵੇਂ ਸ਼ੈਤਾਨ ਲੋਕਾਂ ਨੇ ਗਣੇਸ਼ ਦੇ ਬੁੱਤ ਨੂੰ ਦੁੱਧ ਛਕਣ ਲਾ ਦਿੱਤਾ ਸੀ, ਅਜਿਹੇ ਲੋਕਾਂ ਤੋਂ ਬਚਾਓ ਕਰਨਾ ਸਾਡਾ ਆਪਣਾ ਫਰਜ਼ ਵੀ ਬਣਦਾ ਹੈ। ਸਾਨੂੰ ਗੁਰੂ ਸਾਹਿਬ ਭਰਮ ਭੇਖ ਤੋਂ ਦੂਰ ਰੱਖਣਾ ਚਾਹੁੰਦੇ ਸਨ, ਪਰ ਅਸੀਂ ਗੁਰਮਤਿ ਦੀ ਰੋਸ਼ਨੀ ਹੁੰਦੇ ਹੋਏ ਵੀ ਭਟਕਦੇ ਫਿਰਦੇ ਹਾਂ। ਮੱਥਾ ਟੇਕਣ ਬਾਰੇ ਇੱਕ ਨਵਾਂ ਵਹਿਮ, ਜਿਸ ਨੂੰ ਜਾਣ ਕੇ ਹਾਸਾ ਵੀ ਆਉਂਦਾ ਹੈ ਤੇ ਦੁੱਖ ਵੀ। ਇੱਕ ਕੀਰਤਨੀਏ ਵੀਰ ਕੀਰਤਨ ਕਰਦੇ ਕਰਦੇ ਆਖ ਰਹੇ ਸਨ ਕਿ ਭਾਈ, ਜਦੋਂ ਵੀ ਮੱਥਾ ਟੇਕੋ ਤਾਂ ਮੱਥਾ ਧਰਤੀ ਤੇ ਲੱਗਣਾ ਚਾਹੀਦਾ ਹੈ। ਜੋ ਸਾਡੇ ਮਸਤਕ ਤੇ ਪੁੱਠੇ ਲੇਖ ਲਿਖੇ ਹੁੰਦੇ ਹਨ ਉਹ ਮੱਥਾ ਥੱਲੇ ਲੱਗਣ ਨਾਲ ਸਿੱਧੇ ਹੋ ਜਾਂਦੇ ਹਨ। ਇੱਕ ਫਲਾਣਾ ਸੰਤ ਜੀ ਜਿਨ੍ਹਾਂ ਨੇ ਮੱਥਾ ਰਗੜ ਰਗੜ ਕੇ ਨਿਸ਼ਾਨ ਪਾ ਲਿਆ ਸੀ, ਸਾਨੂੰ ਵੀ ਮੱਥਾ ਫਰਸ਼ ਤੇ ਘਸਾਉਣਾ ਚਾਹੀਦਾ ਹੈ। ਮੱਥਾ ਟੇਕਣਾ ਇੱਕ ਸਤਿਕਾਰ ਪਰੰਪਰਾ ਹੈ, ਨਾ ਕਿ ਮੱਥੇ ਤੇ ਲਿਖੇ ਜਾਂ ਉੱਕਰੇ ਹੋਏ ਮਾੜੇ ਲੇਖ ਮਿਟਾਉਣ ਲਈ। ਗੁਰਮਤਿ ਅਨੁਸਾਰ ਮੱਥੇ ਤੇ ਮਾੜੇ ਜਾਂ ਚੰਗੇ ਲੇਖ ਨਹੀਂ, ਜੋ ਕਿ ਸ਼ੋਅ ਨਾਲ ਠੀਕ ਹੋ ਜਾਂਦੇ ਹਨ। ਕਈ ਵਾਰ ਮੁਹਾਵਰੇ ਦੇ ਤੌਰ ਤੇ ਅਜਿਹੇ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਗੁਰਬਾਣੀ ਅੰਦਰ ਵੀ ਅਜਿਹੇ ਵਾਕ ਮੁਹਾਵਰੇ ਲਈ ਵਰਤੇ ਜਾਂਦੇ ਹਨ। ਜਿੱਥੋਂ ਤੱਕ ਮੱਥਾ ਟੇਕਣ ਦੀ ਪਰੰਪਰਾ ਹੈ, ਉਹ ਸਾਡੇ ਵਿੱਚ ਭਿੰਨ ਭਿੰਨ ਹੈ। ਹੋਰ ਧਰਮਾਂ ਦੇ ਲੋਕਾਂ ਅੰਦਰ ਆਪੋ ਆਪਣੇ ਤੌਰ ਤਰੀਕੇ ਹਨ ਤੇ ਉਹਨਾਂ ਦੀ ਪਹਿਚਾਣ ਵੀ ਹੋ ਸਕਦੀ ਹੈ, ਪਰ ਸਾਡੇ ਤਾਂ ਦੇਖਾ ਦੇਖੀ ਹੈ। ਕਈ ਭੇਖੀ ਲੋਕ ਸ਼ੈਤਾਨ ਵੀ ਹਨ, ਉਹਨਾਂ ਨੇ ਆਪਣੀ ਹੀ ਸੋਚ ਅਨੁਸਾਰ ਮੱਥਾ ਟੇਕਣ ਦੀ ਨਿੱਜੀ ਪਰੰਪਰਾ ਸਥਾਪਿਤ ਕਰ ਲਈ ਹੈ, ਭਾਵੇਂ ਸੰਗਤਾਂ ਦੇ ਗੁਰਬਾਣੀ ਧਿਆਨ ਵਿੱਚ ਵਿਘਨ ਹੀ ਪੈਂਦਾ ਹੋਵੇ। ਮੱਥਾ ਟੇਕਣ ਦੇ ਵੱਖ ਵੱਖ ਤੇ ਨਿੱਜੀ ਢੰਗ। ਡੰਡੌਤ ਕਰਨੀ, ਡੰਡੌਤ ਤੋਂ ਭਾਵ ਡੰਡੇ ਵਾਂਗੂ ਸਿੱਧੇ ਲੇਟ ਕੇ ਮੱਥਾ ਟੇਕਣਾ ਜਾਂ ਨਮਸਕਾਰ ਕਰਨੀ। ਕੁਝ ਸਾਲ ਪਹਿਲਾਂ ਦਿੱਲੀ ਤੋਂ ਇੱਕ ਬਾਬਾ ਜੀ ਆਏ, ਉਹ ਜਦੋਂ ਮੱਥਾ ਟੇਕਦੇ ਸਨ ਤਾਂ ਡੰਡੌਤ ਕਰਦੇ ਸਨ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਕਾਫੀ ਸਮਾਂ ਲੰਮੇ ਪਏ ਰਹਿੰਦੇ ਸਨ।
ਇਸ ਨਾਲ ਹੋਰ ਸੰਗਤਾਂ ਨੂੰ ਖੜੇ ਹੋ ਕੇ ਮੱਥਾ ਟੇਕਣ ਦੀ ਵਾਰੀ ਉਡੀਕਣੀ ਪੈਂਦੀ। ਹੋ ਸਕਦਾ ਹੈ ਹੋਰ ਵੀ ਕਈ ਲੋਕ ਡੰਡੌਤ ਕਰਨ ਵਿੱਚ ਵਿਸ਼ਵਾਸ ਰੱਖਦੇ ਹੋਣ, ਹਥੇਲੀਆਂ ਉੱਪਰ ਰੱਖ ਕੇ ਮੱਥਾ ਟੇਕਣਾ। ਕਈ ਵਾਰ ਦੇਖਣ ਵਿੱਚ ਆਉਂਦਾ ਕਿ ਹਥੇਲੀਆਂ ਉੱਪਰ ਨੂੰ ਰੱਖ ਕੇ ਮੱਥੇ ਟੇਕਦੇ ਹਨ, ਕਿਉਂਕਿ ਇਹ ਵਹਿਮ ਹੈ ਕਿ ਪਰਮਾਤਮਾ ਤੋਂ ਮੰਗਣ ਲਈ ਹੱਥ ਅੱਡ ਕੇ ਖਲੋਈਦਾ ਹੈ। ਦੋਨੋਂ ਹੱਥ ਜੋੜ ਕੇ ਤੇ ਉੱਪਰ ਰੱਖ ਕੇ ਮੱਥਾ ਟੇਕਣਾ। ਕਈ ਦੋਵੇਂ ਹੱਥ ਜੋੜ ਕੇ ਉੱਪਰ ਨੂੰ ਰੱਖ ਕੇ ਮੱਥਾ ਟੇਕਦੇ ਹਨ। ਦੋਨੋਂ ਗੋਡੇ ਜ਼ਮੀਨ ਤੇ ਲਾ ਕੇ ਮੱਥਾ ਟੇਕਣਾ। ਦੋਨੋਂ ਗੋਡੇ ਜ਼ਮੀਨ ਤੇ ਲਾ ਕੇ ਮੱਥਾ ਟੇਕਣਾ ਮੁਸਲਮਾਨਾਂ ਅੰਦਰ ਪਰੰਪਰਾ ਹੈ, ਪਰ ਕਈ ਇਸ ਤਰ੍ਹਾਂ ਦਾ ਹੀ ਰਲਦਾ ਮਿਲਦਾ ਢੰਗ ਅਪਣਾ ਕੇ ਮੱਥਾ ਟੇਕਦੇ ਹਨ। ਖੜੇ ਖੜੇ ਮੱਥਾ ਟੇਕਣਾ, ਕੁਝ ਭੈਣ ਭਰਾ ਖੜੇ ਖੜੇ ਜਾਂ ਮਾੜਾ ਮੋਟਾ ਸਿਰ ਝੁਕਾ ਕੇ ਮੱਥਾ ਟੇਕ ਕੇ ਬੁੱਤਾ ਸਾਰ ਦਿੰਦੇ ਹਨ। ਮੱਥਾ ਟੇਕਣ ਸਮੇਂ ਲੰਮੀ ਅਰਦਾਸ, ਅਜਿਹੇ ਸਮੇਂ ਵੀ ਵੇਖੇ ਜਾਂਦੇ ਹਨ ਜਦੋਂ ਕਈ ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਸਮੇਂ ਲੰਮੀ ਅਰਦਾਸ ਕਰਨ ਲੱਗ ਜਾਂਦੇ ਹਨ ਅਤੇ ਹੋਰ ਮੱਥਾ ਟੇਕਣ ਵਾਲੇ ਕਤਾਰ ਵਿੱਚ ਖੜੇ ਉਡੀਕਦੇ ਰਹਿੰਦੇ ਹਨ। ਅਜਿਹਾ ਕਰਨਾ ਜਾਂ ਮੱਥਾ ਟੇਕਣ ਸਮੇਂ ਅਰਦਾਸ ਕਰਨੀ ਜੱਚਦੀ ਨਹੀਂ। ਸ਼ਰਧਾਲੂਆਂ ਨੇ ਜੇ ਅਰਦਾਸ ਕਰਨੀ ਹੋਵੇ ਤਾਂ ਯਤਨ ਕਰਨਾ ਚਾਹੀਦਾ ਕਿ ਥੋੜ੍ਹਾ ਜਿਹਾ ਪਾਸੇ ਹੋ ਕੇ ਅਰਦਾਸ ਕੀਤੀ ਜਾਵੇ ਤਾਂ ਜੋ ਸੰਗਤਾਂ ਨੂੰ ਕੋਈ ਵਿਘਨ ਨਾ ਪਵੇ। ਧਰਮ ਦੇ ਇਹ ਅਰਥ ਨਹੀਂ ਕਿ ਤੁਸੀਂ ਆਪਣੇ ਵੱਲੋਂ ਸ਼ਰਧਾ ਦਿਖਾ ਰਹੇ ਹੋ ਪਰ ਉਹੀ ਸ਼ਰਧਾ ਦੂਸਰਿਆਂ ਲਈ ਵਿਘਨਕਾਰੀ ਬਣੇ। ਇਸ ਪ੍ਰਥਾਏ ਇੱਕ ਦ੍ਰਿਸ਼ਟਾਂਤ ਦੇਣਾ ਲਾਹੇਵੰਦ ਹੋਵੇਗਾ। ਤਕਰੀਬਨ 1964-65 ਦੀ ਗੱਲ ਹੈ, ਹਲਵਾਰਾ ਏਅਰਫੋਰਸ ਸਟੇਸ਼ਨ ਤੇ ਕਾਫੀ ਏਅਰਮੈਨ ਹਵਾਈ ਸੈਨਿਕ ਤੰਬੂਆਂ ਵਿੱਚ ਰਹਿੰਦੇ ਸਨ। ਉਹਨਾਂ ਦਿਨਾਂ ਵਿੱਚ ਨਲਕੇ ਵੀ ਖੜਕਾ ਕਰਨ ਵਾਲੇ ਹੁੰਦੇ ਸਨ। ਇੱਕ ਸਿੰਘ ਅੰਮ੍ਰਿਤ ਵਾਲੇ ਉੱਠਦਾ ਅਤੇ ਨਲਕਾ ਗੇੜ ਕੇ ਇਸ਼ਨਾਨ ਕਰਦਾ। ਨਲਕੇ ਦੀ ਆਵਾਜ਼ ਟਿੱਕੀ ਰਾਤ ਹੋਣ ਕਾਰਨ ਹੋਰ ਗੈਰ ਸਿੱਖਾਂ ਨੂੰ ਜਾਂ ਸਾਥੀ ਵੀਰਾਂ ਨੂੰ ਜਗਾ ਦਿੰਦੀ। ਇੱਕ ਦਿਨ ਇੱਕ ਸਾਥੀ ਨੇ ਆਖ ਹੀ ਦਿੱਤਾ, ਕਿਆ ਹੋ ਗਿਆ ਸਰਦਾਰ ਜੀ ਕੋ ਹਮੇ ਸੋਨੇ ਵੀ ਨਹੀਂ ਦਿੱਤਾ। ਇਹ ਬੋਲ ਸਿੰਘ ਦੇ ਕੰਨੀ ਪਏ। ਉਸਨੇ ਉਸੇ ਦਿਨ ਤੋਂ ਬਾਅਦ ਨਲਕਾ ਗੇੜ ਕੇ ਖੜਕਾ ਕਰਨਾ ਬੰਦ ਕਰ ਦਿੱਤਾ ਅਤੇ ਨਹਿਰ ਤੇ ਜਾ ਕੇ ਚੁੱਪ ਚਪੀਤੇ ਇਸ਼ਨਾਨ ਕਰ ਆਇਆ ਕਰੇ। ਇਸ ਨਿਮਰਤਾ ਤੇ ਸਿੱਖੀ ਸਿਦਕ ਦਾ ਅਸਰ ਉਸਦੇ ਸਾਥੀਆਂ ਤੇ ਵੀ ਪਿਆ। ਮੱਥਾ ਟੇਕਣ ਦੀ ਗੁਰਸਿੱਖਾਂ ਲਈ ਵਿਲੱਖਣ ਪਰੰਪਰਾ। ਕੁਝ ਸਾਲ ਪਹਿਲਾਂ ਪੰਥ ਦੇ ਮਹਾਨ ਵਿਦਵਾਨ ਭਾਈ ਅਰਦਮਨ ਸਿੰਘ ਬਾਗੜੀਆਂ ਦਾ ਲੇਖ ਪੜ੍ਹਿਆ ਸੀ, ਜਿਸ ਵਿੱਚ ਉਹਨਾਂ ਨੇ ਲੋਕਾਂ ਵੱਲੋਂ ਮੱਥਾ ਟੇਕਣ ਦੇ ਹਾਸੋਹੀਣੇ ਢੰਗਾਂ ਦੀ ਚਰਚਾ ਕੀਤੀ ਸੀ। ਉਹਨਾਂ ਅਨੁਸਾਰ ਸਾਨੂੰ ਸਭ ਨੂੰ ਆਪਣਾ ਵਿਲੱਖਣ ਮਾਰਗ ਬੀਰ ਆਸਣ, ਜਿਸ ਵਿੱਚ ਸੱਜਾ ਗੋਡਾ ਜ਼ਮੀਨ ਤੇ ਲਗਾ ਕੇ ਖੱਬਾ ਉੱਪਰ ਰੱਖ ਕੇ ਹੀ ਮੱਥਾ ਟੇਕਣਾ ਪ੍ਰਚਲਿਤ ਕਰਨਾ ਚਾਹੀਦਾ ਹੈ। ਅਮਰ ਸੰਚਾਰ ਸਮੇਂ ਬੀਰ ਆਸਣ ਕਰਨ ਲਈ ਆਖਿਆ ਜਾਂਦਾ ਹੈ। ਜੇਕਰ ਕੋਈ ਬਿਰਧ ਹੈ, ਅਪਾਹਜ ਜਾਂ ਬਿਮਾਰੀ ਜਾਂ ਕਿਸੇ ਹੋਰ ਕਾਰਨ ਬੀਰ ਆਸਣ ਹੋ ਕੇ ਮੱਥਾ ਟੇਕਣ ਤੋਂ ਅਸਮਰੱਥ ਹੈ ਤਾਂ ਕੋਈ ਕਿੰਤੂ ਨਹੀਂ ਕਰਨਾ ਚਾਹੀਦਾ, ਨਾ ਹੀ ਕੋਈ ਭਰਮ। ਮੱਥਾ ਟੇਕਣਾ ਮਨ ਦੀ ਅਵਸਥਾ ਨਾਲ ਸੰਬੰਧਿਤ ਹੈ। ਜੇ ਸਾਡੇ ਅੰਦਰ ਸਤਿਕਾਰ ਲਈ ਭਰਪੂਰ ਸ਼ਰਧਾ ਹੈ ਤਾਂ ਹੀ ਸਾਡਾ ਮੱਥਾ ਟੇਕਣਾ ਸ਼ੋਭਦਾ, ਨਹੀਂ ਤਾਂ ਸ਼ਰਧਾਹੀਨ ਹੋ ਕੇ ਪਖੰਡ ਹੀ ਕਰਨੇ ਹਨ ਤਾਂ ਗੁਰਬਾਣੀ ਦੀ ਇਹ ਤੁਕ ਪੂਰੀ ਢੁਕਦੀ ਹੈ, ਸੀਸ ਨਵਾਇਆ ਕਿਆ ਥੀਐ ਜਾਂ ਹਿਰਦੈ ਕਸ਼ੁੱਧੈ ਜਾਹੇ, ਪੰਨਾ 470। ਸਮੂਹ ਸਿੱਖ ਪਰਿਵਾਰਾਂ ਨੂੰ ਬੇਨਤੀ ਹੈ ਕਿ ਅਸੀਂ ਕਦੇ ਵੀ ਬੱਚਿਆਂ ਨੂੰ ਕਲਪਤ ਮੂਰਤਾਂ ਅੱਗੇ ਮੱਥਾ ਟੇਕਣ ਲਈ ਨਾ ਆਖੀਏ। ਮੜੀਆਂ, ਸਮਾਧਾਂ, ਬੇਰੀਆਂ, ਟਾਲੀਆਂ ਤੇ ਫਲਾਈਆਂ ਭਾਵ ਦਰਖਤਾਂ ਦੇ ਚਰਨੀ ਮੱਥੇ ਨਾ ਰਗੜੀਏ। ਅਸੀਂ ਬਹੁਤ ਗੌਰਵ ਨਾਲ
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਾਦੂ ਦੀ ਸਮਾਧ ਨੂੰ ਨਮਸਕਾਰ ਕਰਨ ਤੇ ਤਨਖਾਹ ਲੱਗਣ ਦੀ ਕਹਾਣੀ ਸੁਣਦੇ ਹਾਂ। ਜੇ ਅਸੀਂ ਗੁਰਮਤ ਦੇ ਉਲਟ ਮੜੀਆਂ ਤੇ ਸਮਾਧਾਂ ਨੂੰ ਅਥਵਾ ਦਰਖਤਾਂ ਨੂੰ ਪੂਜਣਾ ਹੈ ਤਾਂ ਅਸੀਂ ਸਾਰੇ ਤਨਖਾਹੀਏ ਹਾਂ। ਆਨੰਦ ਕਾਰਜ ਸਮੇਂ ਮੱਥਾ ਟੇਕਣਾ। ਵਿਆਹ ਜਾਂ ਆਨੰਦ ਕਾਰਜ ਦੌਰਾਨ ਤਾਂ ਕਈ ਵਾਰ ਇੰਜ ਭਾਸਦਾ ਹੈ ਕਿ ਘੋਲ ਅਖਾੜਾ ਹੈ। ਸਾਡੇ ਅੰਦਰ ਸਮੇਂ ਦੀ ਪਾਬੰਦੀ ਬਾਰੇ ਕੋਈ ਨਿਯਮ ਨਹੀਂ। ਕੰਮ ਕਾਰਾਂ ਤੇ ਅਸੀਂ ਇੱਕ ਮਿੰਟ ਵੀ ਲੇਟ ਨਹੀਂ ਹੋ ਸਕਦੇ, ਪਰ ਸਮਾਜਿਕ ਜਾਂ ਧਾਰਮਿਕ ਕਾਰਜਾਂ ਵਿੱਚ ਸਮੇਂ ਸਿਰ ਪਹੁੰਚਣਾ ਸਾਡੀ ਸੱਭਿਅਤਾ ਦੇ ਅਨੁਕੂਲ ਨਹੀਂ। ਸਾਨੂੰ ਘੱਟੋ ਘੱਟ ਇਤਨਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਆਨੰਦ ਕਾਰਜ ਸਮੇਂ ਸਾਡਾ ਮੱਥਾ ਟੇਕਣਾ ਕੋਈ ਵਿਘਨ ਨਾ ਪਾਵੇ। ਜਿਤਨਾ ਚਿਰ ਲਾੜਾ ਤੇ ਲਾੜੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਨਹੀਂ ਬੈਠਦੇ, ਉਹ ਸਮੇਂ ਸਾਨੂੰ ਮੱਥਾ ਟੇਕਣਾ ਠੀਕ ਲੱਗਦਾ ਹੈ, ਕਿਉਂਕਿ ਕੋਈ ਵਿਘਨ ਨਹੀਂ ਪੈਂਦਾ। ਜੇ ਭੁਜੰਗੀ ਤੇ ਭੁਜੰਗਣ ਗੁਰੂ ਮਹਾਰਾਜ ਅੱਗੇ ਸੱਜੇ ਹੋਏ ਹਨ ਤਾਂ ਦੂਰੋਂ ਹੀ ਨਮਸਕਾਰ ਕਰਕੇ ਬੈਠ ਜਾਣਾ ਚਾਹੀਦਾ। ਜੇ ਤੁਸੀਂ ਮੱਲੋ ਮੁੱਲੀ ਜੋੜੀ ਦੇ ਬੈਠਿਆਂ ਮੱਥਾ ਟੇਕੋਗੇ ਤਾਂ ਵਿਆਹ ਵਾਲੇ ਪਰਿਵਾਰ ਖੁਸ਼ ਨਹੀਂ ਹੋਣਗੇ, ਕਈ ਵਾਰ ਤਾਂ ਅੱਖਾਂ ਵੀ ਕੱਢਣਗੇ, ਕਿਉਂਕਿ ਉਹਨਾਂ ਦੀ ਫੋਟੋਗ੍ਰਾਫੀ ਵਿੱਚ ਵਿਘਨ ਪੈਂਦਾ। ਬਿਹਤਰ ਤਾਂ ਇਹੀ ਹੈ ਕਿ ਜੋੜੀ ਦੇ ਸੱਜਣ ਬੈਠਣ ਤੋਂ ਪਹਿਲਾਂ ਮੱਥਾ ਟੇਕਿਆ ਜਾਵੇ। ਜੇ ਜੋੜੀ ਅੱਗੇ ਬੈਠੀ ਹੋਵੇ ਤਾਂ ਮੱਥਾ ਟੇਕਣ ਤੋਂ ਸੰਕੋਚ ਕਰਨਾ ਚਾਹੀਦਾ। ਕਈ ਪਰਿਵਾਰ ਤਾਂ ਆਨੰਦ ਕਾਰਜ ਰਸਮ ਦੇ ਸ਼ੁਰੂ ਹੋਣ ਪਿੱਛੋਂ ਲੇਟ ਆਉਣ ਵਾਲੇ ਸ਼ਰਧਾਲੂਆਂ ਜਾਂ ਰਿਸ਼ਤੇਦਾਰਾਂ ਨੂੰ ਮੱਥਾ ਟੇਕਣ ਤੋਂ ਵੱਜਦੇ ਹਨ। ਸ਼ਾਇਦ 2001 ਦੀ ਗੱਲ ਹੋਵੇਗੀ। ਇੱਕ ਵੀਰ ਕਿਸੇ ਆਨੰਦ ਕਾਰਜ ਵਿੱਚ ਸ਼ਾਮਲ ਹੋਣ ਲਈ ਲੇਟ ਸੀ ਅਤੇ ਰਸਮ ਨਿਭਾਈ ਜਾ ਰਹੀ ਸੀ। ਉਸਨੇ ਯਤਨ ਵੀ ਕੀਤਾ ਕਿ ਰਿਸ਼ਤੇਦਾਰਾਂ ਦਾ ਘੇਰਾ ਤੋੜ ਕੇ ਮੱਥਾ ਟੇਕਿਆ ਜਾਵੇ। ਜ਼ਿਆਦਾ ਸ਼ਰਧਾਲੂ ਜਾਪਦਾ ਸੀ ਜਾਂ ਗਿਆਨੀ, ਵਾਹਿਗੁਰੂ ਹੀ ਜਾਣੇ। ਉਸਨੇ ਲੂਨੀ ਕਨੇਡਾ 'ਚ ਡਾਲਰ ਦਾ ਸਿੱਕਾ ਦੂਰੋਂ ਹੀ ਵਗਾ ਕੇ ਮਾਰੀ, ਪਰ ਚੰਗੇ ਭਾਗਾਂ ਨੂੰ ਕੋਈ ਪੁਰਾਣੀ ਫੱਟੜ ਨਹੀਂ ਹੋਇਆ। ਗੁਰਦੁਆਰਾ ਪ੍ਰਬੰਧਕਾਂ ਨੂੰ ਇਸ ਸੰਬੰਧ ਵਿੱਚ ਲੋਕਾਂ ਅੰਦਰ ਜਾਗਰਤੀ ਲਿਆਉਣੀ ਚਾਹੀਦੀ ਹੈ ਅਤੇ ਹਰ ਆਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਬੇਨਤੀ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਆਨੰਦ ਕਾਰਜ ਵਿੱਚ ਜਿੱਥੇ ਭੈ ਭਾਵਨੀ ਰੱਖਣ ਲਈ ਕਿਹਾ ਜਾਵੇ ਉੱਥੇ ਜੋੜੀ ਸੱਜਣ ਤੋਂ ਬਾਅਦ ਦੂਰੋਂ ਹੀ ਨਮਸਕਾਰ ਕਰਕੇ ਪਿੱਛੇ ਸੰਗਤ ਵਿੱਚ ਬੈਠਣ ਲਈ ਕਿਹਾ ਜਾਵੇ। ਹਵਾਲਾ ਧਾਰਮਿਕ ਸੰਸਕਾਰਾਂ ਨਾਲ ਜੁੜੇ ਵਹਿਮ ਅਤੇ ਭਰਮ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋ ਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।